नमस्कार मैं रवि कुमार मिश्रा आप देख रहे हैं न्यूज़ एटीन जैसा कि आप जानते हैं कि खडूर साहिब से निर्दलीय चुनाव जीतने के बाद अमृतपाल को रिहा करने की जो मांग है कई कई जगह से निकल कर आ रही है और आज इसी संदर्भ में कुछ लोग राजधानी दिल्ली पहुंचे और राष्ट्रपति भवन पहुंचकर उन्होंने एक मेमोरेंडम दिया श्रोमणी अकाली दल फतेह की तरफ से जसकरण जी अपने तमाम सदस्यों के साथ पहुँचते हैं और अमृतपाल की रिहाई की मांग करते हैं आवाज़ें उठ रही हैं निर्दलीय चुनाव जीते हैं और जनता जनार्दन ने उन्हें मैंडेट दिया है क्या मांग रखी है आपने मांग तो नहीं है हमारी हमारा तो राइट है क्योंकि कानून इंडियन कॉन्स्टिट्यूशन के मुताबिक सारे लिए बराबर है प्रधानमंत्री लिए भी वही है तो एक आम नागरिक लिए भी वही कानून है ਜੇ ਤੋ ਆਰਟੀਕਲ 14 19 21 ਦੇ ਮੁਤਾਬਕ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਅਸੀਂ ਆਪਣੀ ਗੱਲ ਕਰ ਸਕਦੇ ਆ ਤੇ ਸੁਣ ਸਕਦੇ ਆ ਜੇ ਤੋ ਅਸੀਂ ਧਰਨੇ ਮਜਾਰੇ ਲਾਏ ਸੜਕਾਂ ਜਾਮ ਕੀਤੀਆਂ ਸਾਡੀ ਗੱਲ ਪ੍ਰਾਈਮ ਮਿਨਿਸਟਰ ਨੇ ਨਹੀਂ ਸੁਣੀ ਸਾਡੀ ਗੱਲ ਪ੍ਰੈਜ਼ੀਡੈਂਟ ਨੇ ਨਹੀਂ ਸੁਣੀ ਨਾ ਰਾਜ ਸਭਾ ਦਾ ਮੈਂਬਰ ਲੋਕ ਸਭਾ ਨੇ ਸੁਣੀ ਨਾ ਪੰਜਾਬ ਦੇ ਚੀਫ ਮਿਨਿਸਟਰ ਨੇ ਸੁਣੀ ਤਾਂ ਫੇਰ ਸਾਰੇ ਰਸਤੇ ਬੰਦ ਹੋਗੇ ਤੇ ਅਸੀਂ ਜਮਹੂਰੀਅਤ ਦੇ ਰਾਹੀ ਭਾਈ ਅਮਰਤਪਾਲ ਸਿੰਘ ਜੀ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਜਿਆਦਾ ਤੌਰ ਤੇ ਬਣੇ ਆ ਤੇ ਇੰਡੀਅਨ ਸਟੇਟ ਤੇ ਪੰਜਾਬ ਸਰਕਾਰ ਨੇ ਰਲ ਕੇ ਉਹਨਾਂ ਦੇ ਐਨਐਸਏ ਲਾ ਕੇ ਗੈਰਕਾਨੂੰਨੀ ਕਾਰਾ ਕੀਤਾ ਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਾਏ ਅਮਰਤਪਾਲ ਦੇ ਕੋਲੋਂ ਨਾ ਬੰਬ ਫੜਿਆ ਗਿਆ ਨਾ ਤੋਪ ਫੜੀ ਗਈ ਹੈ ਨਾ ਕੋਈ ਪਰਮਾਣੂ ਹਥਿਆਰ ਨਾ ਕੋਈ سنگੀਨ ਉਸ ਦੇ ਘਰੋਂ ਸਿਰਫ ਪੰਜ ਕਕਾਰ ਕੰਗਾ ਕੜਾ ਕੱਛਾ ਕਸ਼ਹਿਰਾ ਤੇ ਕਿਰਪਾਨ ਹੀ ਛੜੇ ਗਏ ਆ ਉਹ ਸਾਡਾ ਬਨਿਆਦੀ ਹੱਕ ਹੈ ਉਹਦੇ ਤੇ ਕੋਈ ਸੰਗੂਨ ਦੋਸ਼ ਹੀ ਨਹੀਂ ਚ ਲੱਗਦੇ ਉਹਨੂੰ ਡਿਬਰੂਗੜ੍ਹ ਦੀ ਜੇਲ੍ਹ ਕਿ ਭਜ ਕੇ ਸਾਨੂੰ ਜਲਾਲਤ ਦਿੱਤੀ ਪਰ ਪੰਜਾਬ ਦੇ ਲੋਕਾਂ ਨੇ ਜਮਹੂਰੀਅਤ ਦੇ ਲਈ ਉਹ ਮੈਂਬਰ ਪਾਰਲੀਮੈਂਟ ਜਿਤਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਹੈ ਹੁਣ ਇਹ ਸਾਬਤ ਹੋ ਗਿਆ ਕਿ ਜਿਨ੍ਹਾਂ ਨੇ ਐਸ ਨੇ ਸਲਾਈਏ ਝੂਠੇ ਆ ਉਹ ਗੈਰਕਾਨੂੰਨੀ ਆ ਇਲੀਗਲ ਹੈ ਉਹੀ ਹਾਰਡਲਾਈਨਰ ਹੈ ਉਹੀ ਟੈਰਰਿਜ਼ਮ ਫਲਾ ਰਹੇ ਆ ਉਹੀ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਉਹੀ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰ ਰਹੇ ਆ ਅਮਰਤਪਾਲ ਸਿੰਘ ਦੇ ਸਾਥੀ ਜਿਨ੍ਹਾਂ ਨੇ ਜਮਹੂਰੀਅਤ ਤੌਰ ਤੇ ਨੂੰ ਜਿਤਾ ਕੇ ਪੈ ਗਿਆ ਉਹ ਪੰਜਾਬ ਦੇ ਪੀਸ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਹਿੰਦੂ ਮੁਸਲਮਾਨ ਸਿੱਖ ਸਾਰੇ ਐਨ ਬਿਲਕੁਲ ਭਰਾਵਾਂ ਦੇ ਤਰ੍ਹਾਂ ਰਹਿਣਾ ਚਾਹੁੰਦੇ ਤੇ ਰਹਿੰਦੇ ਆਏ ਆ ਤੇ ਇਸ ਕਰਕੇ ਸਾਡਾ ਹੁਣ ਰਾਈਟ ਬੰਦਾ ਕਿ ਉਹਨੂੰ ਆਰਟੀਕਲ 75 ਦੇ ਮੁਤਾਬਕ ਰਾਈਟ ਬੰਦਾ ਕਿ ਜਿਵੇਂ ਲੋਕ ਸਭਾ ਦੇ ਸਾਰੇ ਮੈਂਬਰ ਸੌਂ ਚੁੱਕਦੇ ਆ ਉਹ ਵੀ ਸੌਂ ਚੁੱਕਣ ਆਪਣੇ ਇਲਾਕੇ ਦੀ ਗੱਲ ਕਰੇ ਆਪਣੇ ਪੰਥ ਦੀ ਗੱਲ ਕਰੇ ਪੰਜਾਬ ਦੀ ਕਰ ਕਰੇ ਕਿਸਾਨਾਂ ਦੀ ਗੱਲ ਕਰੇ ਮਜ਼ਦੂਰਾਂ ਦੀ ਗੱਲ ਕਰੇ ਗੁਰੂ ਦੀ ਬੇਅਦਬੀ ਤੇ ਜਿਹੜਾ ਚਿੱਟਾ ਵੇਚਿਆ ਬਾਰਡਰਾਂ ਖੁੱਲੇ ਸਾਰੀਆਂ ਗੱਲਾਂ ਕਰੇ ਜੇ ਇੱਕ ਹਰਿਆ ਹੋਇਆ ਬੰਦਾ ਮੈਂਬਰ ਆਫ ਪਾਰਲੀਮੈਂਟ ਹਰ ਜਾਵੇ ਰਵਨੀਤ ਬਿੱਟੂ ਜੇ ਉਹ ਸੌਂ ਚੁੱਕ ਸਕਦਾ ਹੈ ਤੇ ਫਿਰ ਇੱਕ ਜਿੱਤਿਆ ਹੋਇਆ ਮੈਂਬਰ ਆਫ ਪਾਰਲੀਮੈਂਟ ਕਿਉਂ ਨਹੀਂ ਕਰ ਸਕਦਾ ਤਾਂ ਕੀ ਰਾਸ਼ਪਤੀ ਜੀ ਕੀ ਤਰਫੋਂ ਰਾਸ਼ਪਤੀ ਦੀ ਤਰਫੋਂ ਕੁਝ ਆਸ਼ਵਾਸ਼ਣ ਦਿਆ ਗਿਆ ਕਿ ਇਸ ਪਰ ਵਿਚਾਰ ਕੀਤਾ ਜਾਏਗਾ ਨਾ ਜੀ ਅਸੀਂ ਵੀ ਕਾਨੂੰਨੀ ਬੰਦੇ ਆ ਰਾਸ਼ਪਤੀ ਜੀ ਨੂੰ ਸਾਡੀ ਗੱਲ ਮੰਨਣੀ ਪੈਣੀ ਹੈ ਨਾ ਇਹ ਤਾਂ ਅਸੀਂ ਕੋਈ ਭੀਕ ਥੋੜੀ ਮੰਗੀ ਨਹੀਂ ਇਹ ਸਾਡਾ ਰਾਈਟ ਹੈ ਹੈ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਇਨਵੇਂਨੇ ਲਾਗੂ ਕਰਨਾ ਹੈ ਜੇ ਟੇਡਾ ਚੱਲਦਾ ਹੋਵੇ ਉਹ ਚੱਲਣ ਨਹੀਂ ਦੇਣਾ ਤੇ ਉਹਨਾਂ ਨੂੰ ਤੁਰੰਤ ਆਰਡਰ ਜਾਰੀ ਕਰਨੇ ਚਾਹੀਦੇ ਆ ਕਿ ਉਹਨੂੰ ਤੁਰੰਤ ਆ ਕੇ ਰਿਹਾ ਕਰਕੇ ਤੇ ਆਪਣਾ ਉਹ ਸੌਂ ਚੁੱਕੇ ਤੇ ਆਪਣੇ ਜੋ ਲੋਕਾਂ ਨੇ ਉਹਨੂੰ ਹੱਕ ਦਿੱਤਾ ਉਹ ਦੇਵੇ ਤੇ ਪੂਰੀ ਦੁਨੀਆ ਚ ਇੰਡੀਆ ਵਿਖਾਵੇ ਕਿ ਅਸੀਂ ਇਨਸਾਫ ਬਸੰਤ ਬੰਦਿਆਂ ਜੇ ਉਹਨੂੰ ਨਾ ਨਾ ਰਿਆ ਕੀਤਾ ਮੈਂ ਪੂਰੇ ਕਮੰਤਰੀ ਭਾਈਚਾਰੇ ਨੂੰ ਮਨੁਸੇਟੀ ਇੰਟਰਨੈਸ਼ਨਲ ਏਸ਼ੀਆ ਵਾਸ ਨੂੰ ਪੂਰੇ ਦੇਸ਼ਾਂ ਨੂੰ ਕਹਿਣਾ ਕਿ ਇਸ ਨੂੰ ਕਮੰਤਰੀ ਦਬਾ ਪਾ ਕੇ ਸਾਰਾ ਇਹ ਕੰਮ ਕਰਨਾ ਚਾਹੀਦਾ ਦੂਜੇ ਪਾਸੇ ਸਾਡੇ ਇੱਕ ਵਕੀਲ ਹੈ ਸਾਡੇ ਆਪਣੇ ਅ ਯੂ ਐਸ ਏ ਦੇ ਸਰਦਾਰ ਜਸਪ੍ਰੀਤ ਜਸਪ੍ਰੀਤ ਸਿੰਘ ਜੀ ਵਕੀਲ ਆ ਸਾਡੇ ਉਹ ਅਮਰੀਕਾ ਦੇ ਮੈਂਬਰ ਆਫ ਪਾਰਲੀਮੈਂਟ ਨਾਲ ਤੇ ਉਥੋਂ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਗੱਲ ਕਰਨ ਜਾ ਰਹੇ ਆ ਤੇ ਕਿ ਭਾਈ ਕਮੰਤਰੀ ਦਬਾਅ ਪਾ ਕੇ ਕਿਉਂਕਿ ਤੇ ਕੋਈ ਸੁਮੀਨ ਜੁਰਮ ਹੀ ਨਹੀਂ ਆ ਅਮਰੀਕਾ ਕੇ ਉਹ ਰਾਸ਼ਟਰਪਤੀ سے ਉਹ ਮੁਲਾਕਾਤ ਉਹਨਾਂ ਨੇ ਮੰਗੀ ਹੈ ਤੇ ਅੰਮ੍ਰਿਤਪਾਲ ਨੂੰ ਰਿਹਾ ਕੀਤਾ ਜਾਏ ਇੱਕ ਸਵਾਲ ਆਪਸੇ ਪੁੱਛਣਾ ਚਾਹਾਂਗਾ ਕਿ ਜਿਸ ਤਰੀਕੇ ਸੇ ਸੰਵਿਧਾਨ ਕੋ ਲੈ ਕੇ ਕਈ ਬਾਤਾਂ ਨਿਕਲ ਕੇ ਆਤੀ ਕਿ ਸੰਵਿਧਾਨ ਨਹੀਂ ਮੰਨਤੇ ਅੰਮ੍ਰਿਤਪਾਲ ਜੀ मगर अभी जो आपने सोच रखने की बात की शपथ वो लेंगे बाहर आकर संसद के पटल पर आप भी चाहते हैं कि उनका अधिकार है कि वो जीते हैं संसद के पटल पर आकर जिस तरीके से सभी सांसद लेते हैं उन्हें भी लेना चाहिए तो वो संविधान की तो शपथ लेनी पड़ेगी नहीं फिर जब उन्होंने कागज फाइल किया है हाँ। उस वक्त क्या किया जो कागज फाइल करने बारे किया है अब वो ही बात वहीं करेंगे फिर ये क्या और गांधी जी अंग्रेजों के साथ लड़ते थे मजारा भी करते थे बगावत भी करते थे हैं और आजादी की बात करते थे और पीसफुल आदमी हैं कानून भी जानते हैं हम लड़ना भी जानते हैं जेलों में भी जाना जानते हैं हम सभी कुछ जानते हैं पर अमृतपाल पार्लियामेंट जाके अपने लोगों की नुमाइंदगी करेंगे बिल्कुल धन्यवाद हमसे बातचीत करने के लिए तो आप सुन रहे थे जसकरण सिंह को साफ तौर पे कहना है कि अमृतपाल का अधिकार है उनको जनता ने मैंडेट दिया है हम कानूनी हक भी जानते हैं अपना यह हमारा अधिकार है कि अमृतपाल को बाहर निकल कर शपथ लेनी चाहिए और जनता जनार्दन की सेवा करनी चाहिए नई दिल्ली से कैमैन सोनू मंडल के साथ मैं रवि मिश्रा न्यूज एटीन